ਲੈ ਕੇ ਗਏ ਸੀ ਉੱਥੇ ਜਾ ਕੇ ਉਹਨਾਂ ਨੂੰ ਪੇ ਨਹੀਂ ਹੋਇਆ ਮੈਂ 10-15 ਦਿਨ ਬੜਾ ਫੋਨ ਲੈ ਕੇ ਫੋਨ ਲੱਗਾ ਹੀ ਨਹੀਂ ਉਹਨਾਂ ਦਾ ਜਦੋਂ ਉਧਮਪੁਰ ਆਇਆ ਉਦੋਂ ਪਤਾ ਲੱਗਾ ਕਿ ਇਹਨਾਂ ਡਿੱਗ ਕੇ ਇਹਨਾਂ ਦੀ ਪੀੜ ਹੋਈ ਸੀ ਇਹਨੂੰ ਉਧਮਪੁਰ ਲਿਆਂਦਾ ਮੈਂ ਉੱਥੇ ਗਈ ਉੱਥੇ ਇਹਨਾਂ ਨੂੰ ਆਪਰੇਟ ਕਰਤਾ ਕਹਿੰਦੇ ਇਹਨਾਂ ਨੂੰ ਟਿਊਮਰ ਆ ਗਿਆ ਤੇ ਕਿੰਨੇ ਬੱਚੇ ਜੋ ਭੈਣ ਜੀ ਤੁਸੀਂ ਹੁਣ ਆਪਣੀ ਫੌਜ ਵੱਲੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਜੀ ਆਪਣੀ ਫੌਜ ਨੂੰ ਕੀ ਬੇਨਤੀ ਕਰਦੇ जी जो बहुत दुखदाई खबर मिली है कि सिपाही मनजिंदरजीत सिंह जो कि 14 सिखलाई के ऑन ड्यूटी कर रहा है तो पिछले कुछ 1.5 साल तो चाइना बार्डर पर जो लगी सी फौज तो उतो ये बीमार चल रहा है उस टाइम तरह ट्रीटमेंट चल रही था कल रात अचानक तकरीबन 12 बजे की डैथ हो गई है बड़े दुख की गल है तो कल तकरीबन यदा 11:30 अंतम संस्कार किया जाएगा तो मैं यही रिक्वेस्ट करता कि बच्ची बहुत छोटी बच्ची है एक बेटी है तो इस परिवार के नाल हमदर्दी गवर्नमेंट को भी चाहिए पंजाब गवर्नमेंट को कि इस परिवार के नाल हमदर्दी प्रकट कर ते परिवार का साथ दें। ਤੇ ਕਿੰਨੇ ਬੱਚੇ ਜੋ ਭੈਣ ਜੀ ਤੁਸੀਂ ਹੁਣ ਆਪਣੀ ਫੌਜ ਵੱਲੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਜੀ ਆਪਣੀ ਫੌਜ ਨੂੰ ਕੀ ਬੇਨਤੀ ਕਰਦੇ ਜੀ ਜੋ ਬਹੁਤ ਦੁਖਦਾਈ ਖਬਰ ਮਿਲੀ ਹੈ ਕਿ ਸਿਪਾਹੀ ਮਨਜਿੰਦਰਜੀਤ ਸਿੰਘ ਜੋ ਕਿ 14 ਸਿਖਲਾਈ ਦੇ ਵਿੱਚ ਔਨ ਡਿਊਟੀ ਕਰ ਰਿਹਾ ਸੀ ਅਤੇ ਪਿਛਲੇ ਕੁਛ 1.5 ਸਾਲ ਤੋਂ ਚਾਈਨਾ ਬਾਰਡਰ 'ਤੇ ਜੋ ਲੱਗੀ ਸੀ ਫੌਜ ਅਤੇ ਉਤੋਂ ਇਹ ਬਿਮਾਰ ਚੱਲ ਰਿਹਾ ਸੀ ਉਸ ਟਾਈਮ ਤਰ੍ਹਾਂ ਟ੍ਰੀਟਮੈਂਟ ਚੱਲ ਰਿਹਾ ਤਾਂ ਕੱਲ੍ਹ ਰਾਤੀ ਅਚਾਨਕ ਤਕਰੀਬਨ 12 ਵਜੇ ਦੀ ਡੈਥ ਹੋ ਗਈ ਹੈ ਬੜੇ ਦੁੱਖ ਦੀ ਗੱਲ ਆ ਅਤੇ ਕੱਲ੍ਹ ਤਕਰੀਬਨ ਇਹਦਾ 11:30 ਅੰਤਮ ਸੰਸਕਾਰ ਕੀਤਾ ਜਾਏਗਾ ਅਤੇ ਮੈਂ ਇਹੋ ਹੀ ਰਿਕੁਐਸਟ ਕਰਦਾ ਕਿ ਬੱਚੀ ਬਹੁਤ ਛੋਟੀ ਬੱਚੀ ਹੈ ਇੱਕੋ ਇੱਕ ਬੇਟੀ ਹੈ ਅਤੇ ਇਸ ਪਰਿਵਾਰ ਦੇ ਨਾਲ ਹਮਦਰਦੀ ਗੌਰਮੈਂਟ ਨੂੰ ਵੀ ਚਾਹੀਦਾ ਪੰਜਾਬ ਗੌਰਮੈਂਟ ਨੂੰ ਕਿ ਇਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਪਰਿਵਾਰ ਦਾ ਸਾਥ ਦੇਣ।